ਹਾਈ ਰਿਸਕ ਏਰੀਆ ਮੈਮ ਦੋ ਬੂੰਦ ਹਰ ਵਾਰ ਪ੍ਰੋਗਰਾਮ ਜਿਹੜਾ ਚੱਲ ਰਿਹਾ ਸਰਕਾਰ ਵੱਲੋਂ ਅੱਜ ਦੀ ਸ਼ੁਰੂਆਤ ਕੀਤੀ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਨਮਸਕਾਰ। ਅੱਜ ਸਾਡੇ ਸਿਵਲ ਹੋਸਪਿਟਲ ਮੋਗਾ ਵੱਲੋਂ ਜਿਹੜਾ ਦੋ ਬੂੰਦ ਹਰ ਵਾਰ ਪੋਲੀਓ ਸਕੀਮ ਰਹਿਤ ਅੱਜ 535 ਬੂਥ ਲਗਾਏ ਗਏ ਆ ਸਾਡੇ ਪੂਰੇ ਮੋਗਾ ਡਿਸਟ੍ਰਿਕਟ ਦੇ ਵਿੱਚ, ਜਿਸ ਦੇ ਵਿੱਚ 98,963 ਬੱਚਿਆਂ ਨੂੰ ਜਿਹੜੀਆਂ ਪੋਲੀਓ ਦੀਆਂ ਬੂੰਦਾਂ ਪਿਲਾਈਆਂ ਜਾਣਗੀਆਂ ਇਹਨਾਂ 3 ਦਿਨਾਂ ਦੇ ਵਿੱਚ। ਅੱਜ ਜਿਹੜੇ ਬੂਥ ਲੱਗੇ ਹੋਏ ਆ, ਔਰ ਕੱਲ੍ਹ ਤੋਂ ਜਿਹੜਾ ਹਾਈ ਰਿਸਕ ਕੁਛ ਏਰੀਆਜ਼ ਹੈਗੇ ਆ 365 ਦੇ ਕਰੀਬ, ਜਿਸ ਤਰ੍ਹਾਂ ਜਿੱਥੇ ਭੱਠੇ ਹੋ ਗਏ ਇੱਦਾਂ ਦੇ, ਉਹਨਾਂ ਨੂੰ ਘਰ ਘਰ ਜਾ ਕੇ ਕਵਰ ਕੀਤਾ ਜਾਏਗਾ। ਔਰ ਅੱਜ ਜਿਹੜੇ ਬੂਥ ਲਗਾਏ ਗਏ ਆ ਉੱਥੇ ਬੂਥਾਂ 'ਤੇ ਜਿਹੜੇ ਬੱਚਿਆਂ ਨੂੰ ਪੋਲੀਓ ਡਰੋਪਸ ਦਿੱਤੀਆਂ ਜਾ ਰਹੀਆਂ ਨੇ। ਸਾਡੇ ਮੋਗਾ ਸਿਵਲ ਹੋਸਪਿਟਲ ਵੱਲੋਂ, ਸਿਵਲ ਸਰਜਨ ਦਫ਼ਤਰ ਵੱਲੋਂ ਸਾਡੀ ਇਹੀ ਇੱਕ ਸਾਡਾ ਮੋਟਿਵ ਹੈ ਕਿ ਹਰ ਘਰ ਅਸੀਂ ਪਹੁੰਚ ਕੇ ਜਿਹੜੇ ਬੱਚਿਆਂ ਨੂੰ ਇਹਨਾਂ ਦਾ ਲਾਭ ਦੇਈਏ, ਔਰ ਬੱਚਿਆਂ ਨੂੰ ਬੂੰਦਾਂ ਤੋਂ, ਕੋਈ ਵੀ ਬੱਚਾ ਜਿਹੜਾ ਪੋਲੀਓ ਬੂੰਦਾਂ ਤੋਂ ਵਾਂਝਾ ਨਾ ਰਹਿ ਸਕੇ। ਸੋ ਬਹੁਤ ਅੱਛਾ ਕੰਮ ਕਰ ਰਹੀ ਹੈ ਸਾਡੀ ਮੋਗਾ ਸਿਵਲ ਹੋਸਪਿਟਲ ਦੀ ਟੀਮ। ਸੋ ਸਾਰੇ ਡਾਕਟਰ ਸਾਹਿਬਾਨਾਂ ਦਾ, ਸਿਵਲ ਸਰਜਨ ਦਾ, ਔਰ SMO ਸਾਹਿਬ ਦਾ ਬਹੁਤ ਬਹੁਤ ਧੰਨਵਾਦ।